ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲਵਪ੍ਰੀਤ ਵਰਮਾ, ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਤੋਂ। ਅੱਜ ਇੱਕ ਵਿਜ਼ਟਰ ਵੀਜ਼ਾ ਆਇਆ ਜੀ ਸਾਡਾ, ਮਨਜੀਤ ਕੌਰ ਜੀ ਦਾ, ਦੇੜ ਕੇ ਪਿੰਡ ਤੋਂ। ਉਹਨਾਂ ਦੇ ਬੇਟੇ ਨੂੰ ਪੁੱਛਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸਾਡੇ ਨਾਲ। ਬੇਅੰਤ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸਰ? ਬਹੁਤ ਵਧੀਆ ਜੀ, ਥੋੜੇ ਸਮੇਂ ਵਿੱਚ ਤੁਹਾਡਾ ਵੀਜ਼ਾ ਗਿਆ, ਅਸੀਂ ਬਹੁਤ ਖੁਸ਼ੀ ਦੀ ਗੱਲ ਆ। ਤੁਹਾਨੂੰ ਗੇੜੇ ਤਾਂ ਨਹੀਂ ਲਾਉਣੇ ਪੈਂਦੇ ਸਾਡੇ ਕੋਲ? ਸੋ ਇਹਨਾਂ ਦੀ ਸ਼ੌਪ ਹੈਗੀ ਹੈ ਜੀ ਭੰਮੀਪੁਰੇ, ਪਿੰਡ ਮੁਸਕਾਨ ਸਟੂਡੀਓ। ਹਾਂਜੀ ਹਾਂਜੀ, ਹੈ ਨਾ, ਸਾਡਾ ਪਿੰਡ ਵੀ ਭੰਮੀਪੁਰਾ ਹੈ। ਅਤੇ ਜਦੋਂ ਸਾਡੇ ਕੋਲ ਆਏ, ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਵਿਜ਼ਟਰ ਵੀਜ਼ਾ ਮਾਤਾ ਜੀ ਦਾ ਮਿਲ ਗਿਆ। ਸੋ ਹੋਰ ਕੁਝ ਕਹਿਣਾ ਚਾਹੋਗੇ ਤੁਹਾਨੂੰ? ਇਹ ਲਵਪ੍ਰੀਤ ਵਰਮਾ ਜੀ ਬਹੁਤ ਵਧੀਆ ਬੰਦੇ ਆ ਜੀ, ਇਹਨਾਂ ਤੋਂ ਵੀਜ਼ਾ ਲਵਾ ਸਕਦੇ ਤੁਸੀਂ। ਥੈਂਕ ਯੂ ਜੀ। ਇਹ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਵੀ ਸਾਡੇ ਆ ਜੀ ਭੰਮੀਪੁਰੇ ਤੋਂ, ਕਰਕੇ ਬਹੁਤ ਹੀ ਪਿਆਰ ਇਹਨਾਂ ਦਾ। ਚਲੋ, ਬਹੁਤ ਬਹੁਤ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਸੋ ਜਿਹੜੇ ਵੀ ਸਟੂਡੈਂਟਸ ਨੇ ਜਾਂ ਉਹਨਾਂ ਦੇ ਪੇਰੈਂਟਸ ਸੋਚ ਰਹੇ ਆ ਵਿਜ਼ਿਟਰ ਵੀਜ਼ਾ ਵਾਸਤੇ ਕੈਨੇਡਾ, ਇੱਕ ਵਾਰ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਵਿਜ਼ਿਟਰ ਵੀਜ਼ਾ 'ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ। ਬਹੁਤ ਸਾਰੇ ਕੰਸਲਟੈਂਟਸ ਮਿਸਗਾਈਡ ਕਰ ਦਿੰਦੇ ਆ, ਰੋਂਗ ਡਾਕੂਮੈਂਟੇਸ਼ਨ ਲਗਾ ਦਿੰਦੇ ਆ, ਜਿਵੇਂ ਕਿ ਡੈਰੀ ਫਾਰਮਿੰਗ ਨਾ ਹੋਣ ਦੇ ਬਾਵਜੂਦ ਵੀ ਡੈਰੀ ਫਾਰਮਿੰਗ ਦਾ ਲਗਾ ਦਿੱਤਾ, ਕੋਈ ਬਿਜ਼ਨਸ ਨਾ ਹੋਣਾ ਔਰ ਬਿਜ਼ਨਸ ਕ੍ਰੀਏਟ ਕਰ ਦਿੱਤਾ, ਜਿਹੜਾ ਕਿ ਐਮਬੈਸੀ ਬੈਕਐਂਡ ਤੋਂ ਤੁਹਾਡੇ ਪੈਨ ਕਾਰਡ ਨਾਲ ਚੈੱਕ ਕਰ ਲੈਂਦੇ ਔਰ ਤੁਹਾਨੂੰ ਰਿਫਿਊਜ਼ਲ ਮਿਲਦਾ ਹੈ, ਸਮਟਾਈਮ ਐਮਬੈਸੀ ਬੈਨ ਵੀ ਕਰ ਦਿੰਦੀ ਹੈ। ਸੋ ਸਾਡਾ ਜਿਹੜਾ ਕੰਮ ਹੈ, ਅਸੀਂ ਕੋਸ਼ਿਸ਼ ਸਾਡੀ ਇਹ ਹੁੰਦੀ ਕਿ ਜਿਹੜਾ ਕੰਮ ਹੋਣ ਵਾਲਾ ਕਰੋ, ਅਦਰਵਾਈਜ਼ ਨਾ ਕਰੋ। ਸੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਵੈਦਰ ਯੂਅਰ ਫਾਈਲ ਇਜ਼ ਐਲੀਜੀਬਲ ਔਰ ਨੋਟ, ਤੁਸੀਂ ਲਾਣਯੋਗ ਹੈ ਫਾਈਲ ਜਾਂ ਨਹੀਂ। ਸੋ ਤੁਸੀਂ ਮੈਨੂੰ ਡਾਇਰੈਕਟਲੀ ਮਿਲ ਸਕਦੇ ਹੋ ਰਾਈਕੋਟ ਰੋਡ ਓਪੋਜਿਟ ਸੋਨਾਲੀਕਾ ਟਰੈਕਟ ਏਜੰਸੀ, ਵੈਨਿਊਰ ਇੰਗਲਿਸ਼ 'ਤੇ, ਔਰ ਯੂ ਕੈਨ ਕਾਲ ਮੀ ਐਟ 7973160270। ਸਤਿ ਸ਼੍ਰੀ ਅਕਾਲ।